ਹਾਂਜੀ ਹਾਂਜੀ ਸਰ ਮੇਰਾ ਨਾਮ ਜੀ ਮਨਜੀਤ ਸਿੰਘ ਆ। ਮੈਂ ਲੁਧਿਆਣਾ ਨਿਊ ਗੋਲਡਨ ਵਾਲਿਆਂ ਦੀ ਬੱਸ ਚਲਾਉਂਦਾ। ਮੈਂ ਲੁਧਿਆਣੇ ਤੋਂ ਬਟਾਲੇ ਬਰਾਤ ਲੈ ਕੇ ਗਿਆ ਸੀਗਾ ਸਵੇਰੇ 10:30 ਵਜੇ। ਸਾਢੇ ਦਸ ਵਜੇ ਟੋਲ ਤੋਂ ਨਿਕਲਿਆ ਸੀਗਾ ਤੇ ਟੋਲ ਵਾਲਿਆਂ ਨੂੰ ਪੈਸੇ ਮੈਂ ਦਿੱਤੇ। ਕਿੰਨੇ ਰੁਪਏ? ਇਹਨਾਂ ਨੂੰ ਮੈਂ 300 ਰੁਪਇਆ ਦਿੱਤਾ ਸਰ। ਅੱਛਾ ਜੀ। 300 ਰੁਪਇਆ ਦੇਣ ਦੇ ਬਾਵਜੂਦ ਤੇ ਇਹਨਾਂ ਦਾ ਮੇਰੇ ਕੋਲ ਨੰਬਰ ਹੁੰਦਾ ਤੇ ਜਦੋਂ ਅਸੀਂ ਵਾਪਸੀ ਆਣਾ ਹੁੰਦਾ ਇਹਨਾਂ ਨੂੰ ਫੋਨ ਕਰਨਾ ਹੁੰਦਾ ਤੇ ਫੋਨ ਕਰਕੇ ਫਿਰ ਸਾਡੀ ਗੱਡੀ ਲਗਾ ਦਿੰਦੇ ਹੁੰਦੇ। 300 ਰੁਪਏ ਦੀ ਕੋਈ ਪਰਚੀ ਦਿੱਤੀ ਇਹਨਾਂ ਨੇ? ਪਰਚੀ ਨਹੀਂ ਦਿੰਦੇ ਸਰ, ਮਤਲਬ ਉਸ ਤਰ੍ਹਾਂ ਹੀ ਲੈਂਦੇ ਆ। ਇਹ 2 ਨੰਬਰ 'ਚ ਲੈ ਕੇ ਜਾਂਦੇ? ਹਾਂਜੀ ਹਾਂਜੀ ਹਾਂਜੀ, ਪਰਚੀ ਕੋਈ ਨਹੀਂ ਦਿੱਤੀ ਤੇ ਲੈ ਕੇ ਜਾਂਦੇ। ਇਹ ਨਹੀਂ ਕਹਿੰਦੇ, ਬਹੁਤ ਗੱਡੀਆਂ ਕਢਾਉਂਦੇ ਆ ਸਰ ਇਹ। ਠੀਕ ਹੈ। ਉਸ ਤੋਂ ਬਾਅਦ ਮੈਂ ਸ਼ਾਮੀ ਆਉਣ ਤੋਂ ਪਹਿਲੇ ਫਲੋਰ ਦੇ ਕੋਲੋਂ ਫੋਨ ਕਰਤਾ ਕਿ ਸਰ ਮੈਂ ਗੱਡੀ ਲੈ ਕੇ ਆ ਗਿਆ ਭਾਜੀ ਤੇ ਮੇਰੀ ਗੱਡੀ ਕਢਾ ਦਿਓ। ਤੇ ਉਹ ਕਹਿੰਦੇ ਤੁਸੀਂ ਟੋਲ ਤੇ ਪਹੁੰਚੋ 13 ਨੰਬਰ ਲੈਣ ਦੇ ਵਿੱਚ, 13 ਨੰਬਰ ਲੈਣ ਦੇ ਵਿੱਚ ਫੋਨ ਕਰ ਦਿਓ। ਮੈਂ 13 ਨੰਬਰ ਲੈਣ ਦੇ ਵਿੱਚ ਜਾ ਕੇ ਮੈਂ ਉਹਨਾਂ ਨੂੰ ਫੋਨ ਕੀਤਾ, ਕਹਿੰਦੇ ਬੰਦਾ ਭੇਜ ਰਿਹਾ ਬੰਦਾ ਆ। ਜਦੋਂ ਆਇਆ 5-7 ਮਿੰਟ ਵੇਟ ਕਰਨ ਤੋਂ ਬਾਅਦ ਤੇ ਉਹ ਬੰਦੇ ਨੂੰ ਮੈਂ ਕਿਹਾ, ਮੈਂ ਕਿਹਾ ਭਾਜੀ ਪੈਸੇ ਦਿੱਤੇ ਹੋਏ ਆ? ਉਹ ਕਹਿੰਦਾ ਜੀ ਮੈਨੂੰ ਨੀ ਪੈਸੇ ਦਿੱਤੇ ਹੋਏ। ਤੇ ਮੈਂ ਕਿਹਾ ਸਰ ਗੱਲ ਕਰ ਲਓ ਜਿਹਨਾਂ ਦਿੱਤੀ ਹੋਈ। ਇਹ ਗੱਲ ਕਰਨ ਦੇ ਬਾਵਜੂਦ ਉਹ ਕਹਿੰਦਾ ਕਿ ਮੈਨੂੰ ਉਹਨੇ ਗਾਲ ਕੱਢੀ ਹੈਗੀ ਮਾਂ ਭੈਣ ਦੀ। ਤੇ ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਭਾਜੀ ਉਹ ਲੈਣ ਤੇ ਗੱਲ ਕਰ ਲਓ। ਤੇ ਉਹਨੇ ਫਿਰ ਨੀ ਮੇਰੀ ਸੁਣੀ ਹੈਗੀ ਆ। ਤੇ ਮੈਂ ਕਿਹਾ ਭਾਜੀ ਗੱਲ ਤਾਂ ਕਰ ਲਓ। ਤੇ ਫਿਰ ਉਹਨੇ ਮੈਨੂੰ ਗਾਲ ਕੱਢਣ ਤੋਂ ਪਹਿਲੇ ਮੇਰਾ ਕਾਲਰ ਪੱਖਾ ਫੜ ਕੇ ਖਿੱਚ ਲਿਆ ਉਹਨੇ, ਆ ਜੈਕਟ ਦਾ ਉਹਨੇ ਖਿੱਚ ਲਿਆ ਤੇ ਦਰਵਾਜ਼ਾ ਮੇਰਾ ਖੋਲ੍ਹ ਕੇ ਕਹਿੰਦਾ ਤੂੰ ਭੈਣ ਚੋਂ ਦਾ ਸਾਲਾ ਲੱਗਾ ਪਿਆ। ਇਸ ਤਰ੍ਹਾਂ ਉਹਨੇ ਮੈਨੂੰ ਗਾਲ ਕੱਢੀ। ਉਹ ਤੋਂ ਬਾਅਦ ਦੇ ਵਿੱਚ ਅਸੀਂ ਹੱਥੋਂ ਪਾਈ ਹੋ ਗਏ, ਮੈਂ ਥੱਲੇ ਡਿੱਗ ਗਿਆ। ਉਹ ਥੋੜਾ ਹੈਵੀ ਸੀਗਾ ਬੰਦਾ ਤੇ ਉਹ ਬੰਦੇ ਨੇ ਮੈਨੂੰ ਕੁੱਟਿਆ।